ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਦੀ ਰਹਿਨਮਾਈ ਹੇਠ ਖੇਡਾਂ ਵਤਨ ਪੰਜਾਬ ਦੀਆਂ ਸਾਰੇ ਪੰਜਾਬ 'ਚ ਜਿਹੜੀਆਂ ਚੱਲ ਰਹੀਆਂ ਉਹਦੇ ਸੰਬੰਧ 'ਚ ਅੱਜ ਘੁੰਮਣ ਕਲਾਂ 'ਚ ਲਾਗ ਧਾਰੀਵਾਲ ਦੀਆਂ ਜਿਹੜੀਆਂ ਉਹ ਅੱਜ ਸ਼ੁਰੂਆਤ ਹੋਈ ਆ ਉਹਦੇ ਸੰਬੰਧ 'ਚ ਮੈਂ ਆਇਆ। ਬੱਚਿਆਂ ਦਾ ਹੌਸਲਾ ਅਫਜਾਈ ਕੀਤੀ ਹੈ ਤਾਂ ਬੱਚਿਆਂ ਨੂੰ ਬੜੀ ਖੁਸ਼ੀ ਆ ਕਿ ਜਿਹੜੀ ਛੋਟੀ ਪਨੀਰੀ ਆ ਉਹ ਅੱਜ ਗਰਾਊਂਡ ਨਾਲ ਜੁੜ ਰਹੀ ਹੈ। ਤਾਂ ਇਹਦੇ ਤੋਂ ਸਾਡਾ ਜਿਹੜਾ ਸਮਾਜ ਦੀ ਸਿਰਜਣਾ ਹੋਣੀ ਆ, ਆਉਣ ਵਾਲੀ ਪਨੀਰੀ ਜਿਹੜੀ ਆ ਇਹੀ ਦੇਸ਼ ਦਾ ਭਵਿੱਖ ਹੈ, ਇਹੀ ਕੌਮ ਦਾ ਭਵਿੱਖ ਹੈ। ਜੇ ਆਪਾਂ ਪਨੀਰੀ ਆਪਣੀ ਸਾਂਭ ਲਈ ਤਾਂ ਇਹਦੂ ਵੱਡੀ ਮੇਰੇ ਖਿਆਲ ਪ੍ਰਾਪਤੀ ਕੋਈ ਨਹੀਂ। ਇਸ ਕਰਕੇ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਫੈਸਲਾ ਲਿਆ ਖੇਡਾਂ ਵਤਨ ਪੰਜਾਬ ਦੀਆਂ, ਇਹਦੇ 'ਚ ਪਿਛਲੇ ਸਾਲ ਵੀ ਕਰਵਾਈਆਂ, ਇਸ ਸਾਲ ਵੀ ਹੋ ਰਹੀਆਂ, ਇਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਨੌਜਵਾਨ ਹੈ, ਯੂਥ ਹੈ, ਜਿਹੜਾ ਸਪੋਰਟਸ ਨੂੰ ਪਿਆਰ ਕਰਦਾ ਉਹ ਫਰੰਟ ਲਾਈਨ 'ਤੇ ਆ ਰਿਹਾ। ਵੱਡੇ ਵੱਡੇ ਪਲੇਅਰ ਜਿਹੜੇ ਨੇ ਉਹ ਪੈਦਾ ਹੋ ਰਹੇ ਨੇ ਪੰਜਾਬ ਦੀ ਧਰਤੀ ਤੋਂ, ਇੰਟਰਨੈਸ਼ਨਲ ਲੈਵਲ ਦੇ ਪਲੇਅਰ ਜਿਹੜੇ ਪੰਜਾਬ ਦੀ ਧਰਤੀ ਨੇ ਪਹਿਲਾਂ ਵੀ ਦਿੱਤੇ ਨੇ ਅਤੇ ਅੱਗੋਂ ਵੀ ਤਿਆਰ ਕਰ ਰਹੇ ਹਾਂ। ਇਸ ਕਰਕੇ ਬੱਚਿਆਂ ਨੂੰ ਇੱਕ ਹੋਰ ਗੱਲ ਹੈ ਕਿ ਜਿਹੜੀ ਸਪੋਰਟਸਮੈਨ ਦੀ ਵੱਖਰੀ ਉਹ ਬਣ ਰਹੀ ਹੈ ਉਹਦੇ 'ਚ ਇਹਨਾਂ ਨੂੰ ਇਹਨਾਂ ਦੀਆਂ ਨੌਕਰੀਆਂ ਦਾ ਪ੍ਰਬੰਧ ਵੀ ਜਿਹੜਾ ਪੰਜਾਬ ਸਰਕਾਰ ਨੇ ਕਰਨਾ, ਸਪੈਸ਼ਲ ਕੋਟਾ ਜਿਹੜਾ ਇਹਨਾਂ ਸਪੋਰਟਸਮੈਨ ਵਾਸਤੇ ਰੱਖਿਆ, ਇਹਦੇ ਸੰਬੰਧ 'ਚ ਮੈਂ ਘੁੰਮਣ ਕਲਾਂ 'ਚ ਆਇਆ।